ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਅਤੇ ਇਸ ਵਕਤ ਦੀਆਂ ਖਬਰਾਂ 'ਤੇ ਆਪਾਂ ਚਰਚਾ ਕਰਾਂਗੇ ਪੰਨੂ ਸਾਹਿਬ ਨਾਲ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਆਰਥਿਕ ਮੰਦਵਾੜਾ ਚੱਲ ਰਿਹਾ, ਆਰਥਿਕ ਮੰਦੀ ਆ ਗਈ ਆ, ਪੂਰਾ ਦੇਸ਼ ਰੌਲਾ ਪਾਉਂਦਾ, ਅਰਥ ਸ਼ਾਸਤਰੀ ਰੌਲਾ ਪਾਉਂਦੇ ਨੇ, ਪਰ ਸਰਕਾਰ ਮੰਨਣ ਨੂੰ ਰਾਜ਼ੀ ਨਹੀਂ। ਪਰ ਹੌਲੀ ਹੌਲੀ ਹੁਣ ਲੱਗਦਾ ਹੈ ਕਿ ਚੀਜ਼ਾਂ ਸਾਹਮਣੇ ਆਉਣ ਲੱਗ ਪਈਆਂ। ਏਅਰ ਇੰਡੀਆ ਕਦੀ ਤੁਸੀਂ ਦੱਸਦੇ ਹੋ ਕਿ ਬੜਾ ਸ਼ਾਨਾ ਮਤਾ ਇਤਿਹਾਸ ਹੈ ਇਸ ਕੰਪਨੀ ਦਾ, ਅਤੇ ਸ਼ਬਦ ਜਿਹੜਾ ਤੁਸੀਂ ਬਣਾਇਆ ਸੀ ਪਿਛਲੇ ਦਿਨ ਕਿ ਵੀ ਯੱਕਾ ਹੀ ਬਣਾ ਕੇ ਰੱਖ ਦਿੱਤਾ, ਹੁਣ ਸੁਣਨ 'ਚ ਆਇਆ ਸ਼ਾਇਦ ਯੱਕਾ ਵੀ ਵੇਚਣ ਨੂੰ ਫਿਰਦੀ ਹੈ ਸਰਕਾਰ, ਇਹ ਕੀ ਕਹਾਣੀ ਹੈ ਜੀ? ਮੈਨੂੰ ਅਜੇ ਲੱਗਦਾ ਯੱਕੇ ਤੋਂ ਵੀ ਗਾਂ ਸੱਦਾ ਯੱਕਾ ਵੇਚਣ ਦੀ ਥਾਂ ਸ਼ਾਇਦ ਪਹੀਏ ਵੇਚਣਗੇ। ਅੱਛਾ ਜੀ, ਅੱਡੋ ਅੱਡ ਕਰਕੇ ਵੇਚਣਗੇ। ਏਅਰ ਇੰਡੀਆ ਦਾ ਇਤਿਹਾਸ ਸ਼ਾਨਾ ਮੱਤਾ ਸੀ, ਇਸੇ ਕਰਕੇ ਜਿਹੜਾ ਲੋਗੋ ਬਣਾਇਆ ਇਹਦਾ ਜੀ, ਉਹ ਵੀ ਮਹਾਰਾਜਾ। ਅੱਜ ਕੱਲ੍ਹ ਮਹਾਰਾਜੇ ਵੀ ਵਿਚਾਰੇ ਮੰਦੇ ਹਾਲਿਆਂ 'ਚ ਨੇ ਜੀ, ਅਤੇ ਏਅਰ ਇੰਡੀਆ ਵੀ। ਇਸ ਏਅਰ ਇੰਡੀਆ ਦੀ ਇੰਨੀ ਮਾੜੀ ਹਾਲਤ ਕਿਉਂ ਹੋ ਗਈ ਕਿ 2018-2019 ਦੇ ਵਿੱਚ ਜੀ ਇਹ 8400 ਕਰੋੜ 8400 ਕਰੋੜ ਰੁਪਏ ਦੇ ਘਾਟੇ 'ਚ ਗਈ ਹੈ ਜੀ। ਇਹਦਾ ਮਤਲਬ ਕਿ ਜੇ ਇੱਕ ਮਹੀਨਾ ਗਿਣੀਏ ਤਾਂ 700 ਕਰੋੜ ਦਾ ਘਾਟਾ ਪੈਂਦਾ ਰਿਹਾ ਜੀ। ਕਈਆਂ ਏਅਰਪੋਰਟਾਂ 'ਤੇ ਜਿਹੜੇ ਤੇਲ ਸਪਲਾਈ ਕਰਨ ਵਾਲੇ, ਉਹਨਾਂ ਨੇ ਕਹਿ ਤਾ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਅਸੀਂ ਤੇਲ ਨਹੀਂ ਦੇਣਾ ਜੀ, ਸਰਕਾਰ ਨੇ ਦਖਲ ਦਿੱਤਾ। ਉਸ ਦਖਲ ਤੋਂ ਬਾਅਦ ਫਿਰ ਤੇਲ ਦਵਾਤਾ, ਪਰ ਜਿਹੜੀ ਤੇਲ ਦੇਣ ਦਾ ਕੰਮ ਅਜੇ ਵੀ ਹੋਈ ਜਾ ਰਿਹਾ। ਜਿਹੜੀ ਤੇਲ ਕਿੱਦਾਂ, ਆ ਡੇਢ ਕੁ ਸਾਲ ਪਹਿਲਾਂ ਦੀ ਗੱਲ ਤੁਹਾਨੂੰ ਯਾਦ ਹੈ, ਸ਼ਿਵ ਸੈਨਾ ਦਾ ਇੱਕ ਐਮ ਪੀ ਮੁੰਬਈ ਤੋਂ ਚੜਿਆ ਜੀ, ਦਿੱਲੀ ਆਇਆ, ਜਾਂ ਚੜ੍ਹਨ ਲੱਗਿਆ ਜਾਂ ਉਤਰਨ ਲੱਗਿਆ ਝਗੜਾ ਹੋ ਗਿਆ। ਉਹਨੇ ਆਖਿਆ ਮੈਨੇਜਰ ਨੂੰ ਸੱਦੋ, ਏਅਰ ਇੰਡੀਆ ਦੇ ਮੈਨੇਜਰ ਨੂੰ ਇੱਥੇ ਸੱਦੋ। ਉਹ ਗਿਆ, ਉਹ ਵਿਚਾਰਾ ਸਰ ਸਰ ਕਰੇ, ਉਹਨੂੰ ਖਿੱਚ ਕੇ ਪੌੜੀਆਂ 'ਤੇ ਲੈ ਆਇਆ, ਆਖੇ ਥੱਲੇ ਸੁੱਟ ਦੇਣਾ, ਫਿਰ ਉਹਨੂੰ ਜੁੱਤੀਆਂ ਮਾਰੀਆਂ, ਔਰ ਫਿਰ ਬਾਅਦ ਜਾ ਕੇ ਪ੍ਰੈਸ ਦੇ ਸਾਹਮਣੇ ਡਟ ਕੇ ਆਖਿਆ, ਇੱਕ ਇੱਕ ਕਰਕੇ ਗਿਣ ਕੇ 25 ਜੁੱਤੇ ਮਾਰੇ ਮੈਨੇ ਜੀ। ਹਿੰਦੁਸਤਾਨ 'ਚ ਕੋਈ ਕਾਨੂੰਨ ਦਾ ਰਾਜ ਨਹੀਂ ਹੈਗਾ? ਇਹੋ ਜਿਹੇ ਐਮ ਪੀ ਨੂੰ ਫੜ ਕੇ ਕਾਲ ਕੋਹੜੀ 'ਚ, ਉੱਥੇ ਕਾਲੀ ਗੰਦੀ ਜੀ ਕੋਹੜੀ 'ਚ ਨਹੀਂ ਸੁੱਟਿਆ ਜਾ ਸਕਦਾ ਜੀ, ਉਹਦੀ ਜੁੱਤ ਕਿੱਦਾਂ ਪੈ ਗਈ? ਇਸ ਕਰਕੇ ਵੀ ਉਹ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਸੀ, ਉਹਨੂੰ ਇੰਨੀ ਖੁੱਲ੍ਹ ਦੇ ਦਿੱਤੀ ਗਈ। ਇੱਦਾਂ ਦੀਆਂ ਹਰਕਤਾਂ ਕਈ ਵਾਰ ਹੋਈਆਂ, ਕਾਂਗਰਸੀ ਰਾਜ ਵਿੱਚ ਹੋਈਆਂ। ਇੱਕ ਵਾਰੀ ਇਸ ਗੱਲ ਦੇ ਉੱਤੇ ਕਿੰਨੀ ਦੇਰ ਪਾਰਲੀਮੈਂਟ 'ਚ ਰੌਲਾ ਪੈਂਦਾ ਰਿਹਾ ਕਿ ਅਸੀਂ ਜਹਾਜ਼ 'ਤੇ ਚੜ੍ਹਨ ਜਾਂਦੇ ਹਾਂ, ਏਅਰ ਇੰਡੀਆ ਵਾਲੇ ਜੀ ਹੇਠਲਾ ਸਟਾਫ ਦੇ ਵਿੱਚੋਂ ਕੋਈ ਸੁਪਰਵਾਈਜ਼ਰ ਭੇਜ ਦਿੰਦੇ, ਜਿਹੜਾ ਏਅਰਪੋਰਟ 'ਤੇ ਡਿਊਟੀ ਮੈਨੇਜਰ ਹੈ ਉਹ ਸਾਡੇ ਐਮ ਪੀ ਦਾ ਬੈਗ ਚੁੱਕਣ ਵਾਸਤੇ ਕਿਉਂ ਨਹੀਂ ਆਉਂਦਾ ਜੀ? ਕਦੇ ਇਸ ਗੱਲ ਦੀ ਚਿੰਤਾ ਤਾਂ ਨਹੀਂ ਕੀਤੀ ਵੀ ਲੋਕਾਂ ਨਾਲ ਕੀ ਵਾਪਰਦਾ ਪਿਆ? ਇੱਕ ਵਾਰੀ ਇੱਥੋਂ ਇਹ ਚੰਡੀਗੜ੍ਹ ਤੋਂ ਫਲਾਈਟ ਜਾਣੀ ਸੀ ਜੀ, ਇੱਕ ਆਦਮੀ ਆਇਆ, ਉਹਦੀ ਫਸਟ ਕਲਾਸ ਦੀ ਟਿਕਟ ਸੀ, ਉਹਦੀ ਫਸਟ ਕਲਾਸ ਦੀ ਟਿਕਟ ਏਅਰ ਇੰਡੀਆ ਦੇ ਇੱਕ ਆਫਿਸਰ ਦੇ ਰਿਸ਼ਤੇਦਾਰ ਬੀਬੀ ਨੂੰ ਦੇ ਦਿੱਤੀ। ਉਹਨੂੰ ਆਖਿਆ ਜੀ ਤੂੰ ਨਹੀਂ ਜਾ ਸਕਦਾ। ਉਹਨੇ ਕਿਹਾ ਮੇਰੇ ਕੋਲ ਕਨਫਰਮ ਟਿਕਟ ਹੈ। ਕਹਿੰਦੇ ਕਨਫਰਮ ਹੋਵੇ ਕੁਛ ਹੋਵੇ ਨਹੀਂ ਜਾ ਸਕਦਾ ਜੀ। ਇਸ ਗੱਲ 'ਤੇ ਰੌਲਾ ਪਿਆ, ਪਾਰਲੀਮੈਂਟ ਤੱਕ ਗੱਲ ਕਹੀ, ਕਿਸੇ ਨੇ ਕੋਈ ਕਾਰਵਾਈ ਕੀਤੀ? ਇਹ ਏਅਰ ਇੰਡੀਆ ਜਿਹਨੇ 12 ਇਹੋ ਜਿਹੇ ਦੇਸ਼ਾਂ ਵਿੱਚ ਦਫ਼ਤਰ ਖੋਲ੍ਹ ਦਿੱਤੇ ਜਿੱਥੇ ਅੱਜ ਤੱਕ ਕਦੇ ਏਅਰ ਇੰਡੀਆ ਦੀ ਫਲਾਈਟ ਹੀ ਨਹੀਂ ਗਈ ਜੀ, ਅਤੇ ਉਹਨਾਂ ਦਫ਼ਤਰਾਂ ਦੇ ਵਿੱਚ ਮੈਨੇਜਰ ਬਿਠਾ ਦਿੱਤੇ, ਸਟਾਫ ਬਿਠਾ ਦਿੱਤਾ। ਯੂਰਪ ਦੇ ਕਈ ਦੇਸ਼ ਇਹੋ ਜਿਹੇ ਜਿਹੜੇ 4-5 ਦੇਸ਼ਾਂ ਨਾਲ ਘਿਰੇ ਆ, ਸਮੁੰਦਰ ਨਹੀਂ ਲੱਗਦਾ ਜੀ। ਉਹਨਾਂ 'ਚੋਂ ਇੱਕ ਦੇਸ਼ ਵਾਲੇ ਨੂੰ ਕਿਸੇ ਨੇ ਪੁੱਛਿਆ ਸੀ ਕਿ ਤੁਹਾਡੇ ਦੇਸ਼ ਨੇ ਇਹ ਜਿਹੜੀ ਸ਼ਿਪਿੰਗ ਮਿਨਿਸਟਰੀ ਬਣਾਤੀ, ਉਹ ਕਿੱਦਾਂ ਬਣਾਤੀ, ਤੁਹਾਨੂੰ ਤਾਂ ਸਮੁੰਦਰ ਨਹੀਂ ਲੱਗਦਾ ਜੀ। ਅਤੇ ਉਹਨੇ ਅੱਗੋਂ ਆਖਿਆ ਇੰਡੀਆ ਵਾਲਿਆਂ ਨੇ ਉੱਥੇ ਖਜ਼ਾਨਾ ਮੰਤਰੀ ਬਣਾਇਆ, ਉਹਨਾਂ ਕੋਲ ਖਜ਼ਾਨਾ ਕਿਹੜਾ, ਬਗੈਰ ਖਜ਼ਾਨੇ ਤੋਂ ਖਜ਼ਾਨਾ ਮੰਤਰੀ ਉਹ ਵੀ ਤਾਂ ਬਣਾਈ ਬੈਠੇ ਜੀ। ਉਹ ਇਤਿਹਾਸ ਦੀਆਂ ਗੱਲਾਂ ਸੀ, ਚੁਟਕਲੇ ਬਣੇ ਸਨ, ਪਰ ਆਹ ਕਿੱਡੀ ਵੱਡੀ ਗੱਲ ਆ ਕਿ ਜਿਹੜੇ ਦੇਸ਼ਾਂ 'ਚ ਕਦੇ ਏਅਰ ਇੰਡੀਆ ਦੀ ਫਲਾਈਟ ਨਹੀਂ ਗਈ, ਉਹਨਾਂ ਦੇ ਵਿੱਚ ਵੀ ਬਾਹਰੀ ਥਾਈਂ ਦਫ਼ਤਰ ਖੋਲ੍ਹ ਕੇ ਆਪਣੇ ਰਿਸ਼ਤੇਦਾਰਾਂ ਨੂੰ ਉੱਥੋਂ ਦਾ ਵੀਜ਼ਾ ਦਵਾ ਕੇ ਮੈਨੇਜਰ ਬਣਾ ਕੇ ਬਿਠਾ ਦਿੱਤਾ, ਸਟਾਫ ਬਿਠਾ ਦਿੱਤਾ, ਕੰਮ ਕੋਈ ਨਹੀਂ, ਨਾ ਕਿਸੇ ਨੇ ਟਿਕਟ ਵਾਸਤੇ ਆਉਣਾ, ਨਾ ਕਨਫਰਮੇਸ਼ਨ ਵਾਸਤੇ, ਨਾ ਫਲਾਈਟ ਚੇਂਜ ਕਰ, ਕੋਈ ਕੰਮ ਹੀ ਨਹੀਂ ਜੀ। ਸਿਰਫ ਇਸ ਕਰਕੇ ਕਿ ਆਪਣੇ ਘਰ ਦੇ ਜੀ ਉੱਥੇ ਫਲਾਣੇ ਹੈਗੇ ਆ ਦੇਸ਼ ਦੇ ਵਿੱਚ, ਅਤੇ ਉਹਨਾਂ ਨੂੰ ਨੌਕਰੀ ਦਿਵਾਉਣੀ ਆ, ਉਹ ਉੱਥੇ ਬੈਠੇ ਉੱਥੋਂ ਦੇ ਡਾਲਰਾਂ ਦੇ ਹਿਸਾਬ ਨਾਲ ਇੰਡੀਆ ਤੋਂ, ਏਅਰ ਇੰਡੀਆ ਤੋਂ ਪੈਸੇ ਲਈ ਜਾਣ ਜੀ। ਇਹਦੋਂ ਬਾਅਦ ਠੱਗੀ ਕਿਹੜੀ ਹੋ ਸਕਦੀ ਹੈ? ਇਹ ਠੱਗੀ ਦਾ ਦੌਰ ਜਿਹੜਾ ਚੱਲਦਾ ਰਿਹਾ, ਉਹਦੇ ਵਿੱਚ ਹੌਲੀ ਹੌਲੀ ਏਅਰ ਇੰਡੀਆ ਨੂੰ ਘਾਟਾ ਪੈਣਾ ਸੀ ਜੀ। ਸਾਡੇ 'ਤੇ ਅੱਜ ਜਿਹੜੀ ਪਿਛਲੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਵਾਲੀ, ਇਸ ਵੇਲੇ ਉਦੋਂ ਦਾ ਹਵਾਬਾਜ਼ੀ ਮੰਤਰੀ ਫਸਿਆ ਫਿਰਦਾ, ਪਰ ਇਸ ਗੱਲ ਦਾ ਕੀ ਕਰਨਗੇ ਕਿ ਇੱਥੋਂ ਫਲਾਈਟ ਉੱਡੀ ਦਿੱਲੀ ਤੋਂ ਬੰਬੇ ਜਾਣੀ ਸੀ,
ਅੱਧ 'ਚੋਂ ਮੋੜ ਕੇ ਚੰਡੀਗੜ੍ਹ ਆ ਗਈ। ਚੰਡੀਗੜ੍ਹ ਤੋਂ ਕ੍ਰਿਕਟ ਟੀਮ ਨੂੰ ਚੁੱਕਿਆ ਅਤੇ ਕਲਕੱਤੇ ਛੱਡਣ ਗਈ ਅਤੇ ਕਲਕੱਤੇ ਤੋਂ ਫਿਰ ਮੁੜ ਕੇ ਬੰਬੇ ਗਈ, ਜਿਹੜਾ 2.25 ਘੰਟੇ ਦਾ ਪੈਂਡਾ ਸੀ, ਫਲਾਈਟ ਸੀਗੀ ਜੀ। 11 ਘੰਟੇ ਬਾਅਦ ਜਾ ਕੇ ਪੈਸੰਜਰ ਉੱਥੇ ਪਹੁੰਚੇ। ਕਿਉਂ? ਕਿਉਂਕਿ ਜਿਹੜਾ ਸ਼ਹਿਰੀ ਹਵਾਬਾਜ਼ੀ ਦਾ ਏਅਰਲਾਈਨ ਦਾ ਮੰਤਰੀ ਸੀ, ਉਸ ਮੰਤਰੀ ਦੀ ਧੀ ਇੱਕ IPL ਕ੍ਰਿਕਟ ਟੀਮ ਦੀ ਮੀਡੀਆ ਅਫਸਰ ਸੀ, ਅਤੇ ਉਹਨੇ ਆਖਿਆ ਕਿ ਹੁਣ ਟੀਮ ਇੱਥੋਂ ਚੰਡੀਗੜ੍ਹ ਤੋਂ ਚੁੱਕ ਕੇ ਅਤੇ ਕਲਕੱਤੇ ਪਹੁੰਚਾਉਣਾ ਹੀ ਪਹੁੰਚਾਉਣੀ ਆ। ਅਤੇ ਬਾਪੂ ਨੇ ਆਖਿਆ ਇੰਨੀਆਂ ਸੀਟਾਂ ਖਾਲੀ ਹੈ, ਇਹ ਜਹਾਜ਼ ਬੰਬੇ ਨੂੰ ਜਾਂਦਾ ਪਿਆ, ਬੰਬੇ 'ਚੋਂ ਅੱਧ 'ਚੋਂ ਮੁੜ ਕੇ ਚੰਡੀਗੜ੍ਹ ਲਿਆਂਦਾ, ਚੰਡੀਗੜ੍ਹੋਂ ਟੀਮ ਚੁੱਕੀ ਅਤੇ ਕਲਕੱਤੇ ਛੱਡੀ। ਇਹ ਟਾਂਗੇ ਨਾਲ ਵੀ ਬੜਾ ਹਾਲ ਹੈ, ਜਦੋਂ ਮਰਜ਼ੀ ਮੁੜ ਜਾਓ ਜੀ, ਬਾਪੂ ਦਾ ਰਾਜ ਬਣਾ ਛੱਡਿਆ ਸੀ। ਜਿਹੜੀਆਂ ਹਾਲਤਾਂ ਵਿੱਚ ਇਹਨੂੰ ਵਰਤਿਆ ਗਿਆ, ਵਾਜਪੇਈ ਸਾਹਿਬ ਦੇ ਵੇਲੇ 'ਤੇ ਇੱਕ ਹੋਰ ਸਕੈਂਡਲ ਸਾਹਮਣੇ ਆ ਗਿਆ ਸੀ ਜੀ, ਇਹ ਸਕੈਂਡਲ ਕਾਂਗਰਸੀ ਰਾਜ ਵਿੱਚ ਵੀ ਆਇਆ, ਦੂਜਾ ਰਾਜ ਵਿੱਚ। ਵਾਜਪੇਈ ਸਾਹਿਬ ਦੇ ਵੇਲੇ ਇਹ ਆ ਗਿਆ ਕਿ ਮੀਡੀਆ ਵੇਲੇ 'ਤੇ ਅਫਸਰ ਰਲਾ ਕੇ ਬਹੁਤ ਸਾਰੇ ਲੋਕ ਬਾਹਰ ਜਾਂਦੇ ਆ, ਉਹ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਜਾਂਦੇ ਆ ਤਾਂ ਵਾਪਸ ਦੇ ਸਾਰਿਆਂ ਨੂੰ ਗਿਫਟ ਦਿੱਤੇ ਜਾਂਦੇ ਆ। ਉਹ ਗਿਫਟ ਦੇ ਵਿੱਚ ਸ਼ਰਾਬ ਸੀ, ਉਹਨਾਂ 'ਚ ਕਈ ਲੋਕ ਕੋਈ ਰਾਧਾ ਸਵਾਮੀ ਹੋ ਸਕਦਾ, ਕੋਈ ਦੂਜਾ ਹੋ ਸਕਦਾ ਜਿਹੜੇ ਨਹੀਂ ਸੀ ਪੀਂਦੇ ਜੀ, ਉਹਨਾਂ ਸਾਰਿਆਂ ਛੱਡਤਾ ਜੀ, ਬਾਕੀ ਗਿਫਟ ਲੈਣੇ ਆ, ਰੱਖ ਲਓ, ਅਸੀਂ ਪੀਂਦੇ ਪੂੰਦੇ ਨਹੀਂ। ਬਾਅਦ 'ਚ ਚੈਕਿੰਗ ਹੋ ਗਈ, ਆਉਣ ਲੱਗਿਆ ਜਿਹੜਾ ਪਾਇਲਟ ਸੀ, ਜਿਹੜਾ ਸਟੀਵਰਡ ਸੀ ਜੀ, ਜਿਹੜੀਆਂ ਏਅਰ ਹੋਸਟਸ ਸੀ, ਉਹਨਾਂ ਕੋਲ ਸ਼ਰਾਬ ਦੀਆਂ ਕਿਸੇ ਕੋਲ 2 ਬੋਤਲਾਂ, ਕਿਸੇ ਕੋਲ 5 ਬੋਤਲਾਂ, ਕਿਸੇ ਕੋਲ 10 ਨਿਕਲਾਈਆਂ। ਉਹ ਜਿਹੜੇ ਲੋਕ ਛੱਡ ਗਏ ਸਨ, ਉਹਨਾਂ ਦੀਆਂ ਬੋਤਲਾਂ ਆਪਣੇ ਘਰ ਨੂੰ ਲੈ ਆਏ, ਇਹ ਸੋਚ ਕੇ ਵੀ ਕਿਹੜਾ ਪਤਾ ਲੱਗਣਾ ਜੀ। ਇੱਕ ਵਾਰੀ ਚੈਕਿੰਗ ਹੋ ਗਈ ਤਾਂ ਫੜੇ ਗਏ, ਉਹ ਤੋਂ ਪਹਿਲਾਂ ਕਿੰਨੀ ਵਾਰੀ ਹੋਇਆ ਅਤੇ ਉਹ ਤੋਂ ਬਾਅਦ ਕਿੰਨੀ ਵਾਰੀ ਹੋਇਆ। ਹੁਣ ਕਹਿੰਦੇ ਜੀ ਏਅਰ ਇੰਡੀਆ ਘਾਟੇ 'ਚ ਆ ਅਤੇ ਵਿਕਾਊ ਹੈ, ਵਿਕਾਊ ਤਾਂ ਹੈਗਾ, ਇਹਦੀ ਕੋਈ ਪੜਤਾਲ ਵੀ ਕਰਾਓ, ਇਹਨੂੰ ਘਾਟਾ ਪੈਂਦਾ ਕਿੱਦਾਂ ਪਿਆ ਜੀ। ਉਹਦੀ ਪੜਤਾਲ ਕੋਈ ਕਰਾਉਣ ਨੂੰ ਤਿਆਰ ਨਹੀਂ, ਏਅਰ ਇੰਡੀਆ ਨੂੰ ਵਿਕਾਊ ਲਾਤਾ। ਚਲੋ, ਜਿਹੜਾ ਖਰੀਦੂਗਾ ਜੀ ਆਪੇ ਚਲਾ ਲਊਗਾ। ਆਹੋ, ਫਿਰ ਆਪੇ ਜਾਂ ਚਲਾ ਲਊਗਾ ਜਾਂ ਮੱਥੇ 'ਤੇ ਹੱਥ ਮਾਰ ਕੇ ਰਹੂਗਾ ਜੀ। ਅੱਛਾ ਪੰਨੂ ਸਾਹਿਬ, ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ। ਐਸ ਜੈਸ਼ੰਕਰ ਮੰਤਰੀ ਨੇ ਜੀ ਸੁੱਖ ਨਾਲ ਭਾਰਤ ਦੇ, ਅਤੇ ਉਹਨਾਂ ਦਾ ਇਹ ਬਿਆਨ ਆਉਣਾ ਕਿ ਮਕਬੂਜ਼ਾ ਕਸ਼ਮੀਰ ਜਿਹੜਾ ਪਾਕਿਸਤਾਨ ਦੇ ਕਬਜ਼ੇ 'ਚ ਆ, ਉਹ ਭਾਰਤ ਦਾ ਹਿੱਸਾ, ਅਤੇ ਇੱਕ ਨਾ ਇੱਕ ਦਿਨ ਉਹਨੇ ਭਾਰਤ ਦੇ ਵਿੱਚ ਰਲਣਾ। ਮੇਰਾ ਖਿਆਲ ਹੁਣ ਤਾਂ ਇਸ ਤੋਂ ਪਹਿਲਾਂ ਤਾਂ ਝਗੜਾ ਕਦੀ ਉਸ ਖਿੱਤੇ ਦਾ ਹੋਇਆ ਨਹੀਂ, ਪਰ ਹੁਣ ਇਸ ਬਿਆਨ ਤੋਂ ਕੀ ਦੇਖਦੇ ਹੋ ਤੁਸੀਂ? ਇਹਦੇ ਤੋਂ ਪਹਿਲਾਂ ਇੱਕ ਹਫ਼ਤਾ ਹੀ ਲੰਘਿਆ, ਭਾਰਤ ਦੀ ਫੌਜ ਦੇ ਮੁਖੀ ਨੇ, ਜਨਰਲ ਰਾਵਤ ਨੇ ਕਹਿਤਾ ਕਿ ਸਰਕਾਰ ਹੁਕਮ ਕਰੇ, ਸਾਡੀ ਫੌਜ ਤਾਂ ਤਿਆਰ ਆ ਜੀ, ਅਸੀਂ ਤਾਂ ਪਾਕਿਸਤਾਨੀ ਕਬਜ਼ੇ ਵੇਲੇ ਕਸ਼ਮੀਰ ਤੱਕ ਜਾ ਸਕਦੇ ਹਾਂ। ਉਹਨੂੰ ਇੱਕ ਹੀ ਨਹੀਂ ਆਖਿਆ ਕਿ ਤੂੰ ਉੱਥੇ ਜਾ ਜੀ, ਇਹ ਗੱਲਾਂ ਉਹਨੂੰ ਕਰਨ ਦਾ ਮਤਲਬ ਵੀ ਕੋਈ ਨਹੀਂ ਸੀ। 1947 ਤੋਂ ਲੈ ਕੇ ਅੱਜ ਤੱਕ ਦੇ ਜਿੱਦਾਂ ਦੇ ਹਾਲਾਤ ਰਹੇ ਆ, ਅਸੀਂ 4 ਜੰਗਾਂ ਲੜ ਚੁੱਕੇ ਹਾਂ ਜੀ। ਸਾਰੇ ਸਿਆਣੇ ਇਹ ਕਹਿੰਦੇ ਆ, ਸਿਆਸੀ ਮਾਹਰ ਇਹ ਕਹਿੰਦੇ ਆ, ਕੂਟਨੀਤੀ ਦੇ ਮਾਹਰ ਇਹ ਕਹਿੰਦੇ ਆ ਕਿ ਸਾਡੇ ਕੋਲੋਂ ਕਸ਼ਮੀਰ ਜਿਹੜਾ ਸਾਡੇ ਕੋਲ ਹੈ, ਪਾਕਿਸਤਾਨ ਨਹੀਂ ਖੋ ਸਕਦਾ, ਅਤੇ ਜਿਹੜਾ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਹੇਠ ਆ, ਉਹ ਅਸੀਂ ਨਹੀਂ ਛੁਡਾ ਸਕਦੇ। ਉਦੋਂ ਨਾ ਛੁਡਾ ਸਕੇ ਜਦੋਂ ਫੌਜਾਂ ਦੀ ਆਪੋ 'ਚ ਲੜਾਈ ਹੁੰਦੀ ਸੀ ਜੀ, ਉਦੋਂ ਨਾ ਛੁਡਾ ਸਕੇ ਜਦੋਂ ਬੰਗਲਾਦੇਸ਼ ਦੀ ਆਜ਼ਾਦੀ ਹੋ ਗਈ ਸੀ, ਜਦੋਂ ਇੰਦਰਾ ਗਾਂਧੀ ਦੇ ਕੋਲ ਪਾਕਿਸਤਾਨ ਦੇ 1 ਲੱਖ ਫੌਜੀ ਕੈਦੀ ਸਨ, 92,000 ਤੋਂ ਇੱਕੋ ਦਿਨ ਹੀ ਉਹਨਾਂ ਨੇ ਹਥਿਆਰ ਸੁੱਟੇ ਸਨ ਜੀ, ਅਤੇ ਕੁੱਲ ਇੱਧਰ ਉੱਧਰ ਦੇ ਰਲਾ ਕੇ 98,000 ਤੋਂ ਵੱਧ ਬਣਦੇ ਸੀ, 1 ਲੱਖ ਹੀ ਬਣ ਜਾਂਦਾ। ਇੰਨੇ ਕੈਦੀ ਜਦੋਂ ਸਾਡੀ ਜੇਲ੍ਹ ਵਿੱਚ ਸਨ, ਅਸੀਂ ਉਹਦੇ ਨਾਲ ਛੁਡਾ ਸਕੇ? ਅਤੇ ਅੱਜ ਇਹ ਕਈ ਜਣਾ ਕਿਉਂਕਿ ਮੋਦੀ ਹੈ ਤੋਂ ਮੁਮਕਿਨ ਹੈ, ਮੋਦੀ ਹੈ ਤੋਂ ਮੁਮਕਿਨ ਹੈ, ਅਸੀਂ ਇਸ ਹੱਦ ਤੱਕ ਚੱਲ ਜਾਵਾਂਗੇ, ਇਹ ਹੋ ਨਹੀਂ ਸਕਣਾ। ਐਸ ਜੈਸ਼ੰਕਰ ਇਸ ਵੇਲੇ ਭਾਰਤ ਦਾ ਵਿਦੇਸ਼ ਮੰਤਰੀ ਹੈ, ਤੋਂ ਪਹਿਲਾਂ ਵਿਦੇਸ਼ ਸੈਕਟਰੀ ਰਹਿ ਚੁੱਕਾ। ਜਿਹੜੇ ਬੰਦੇ ਨੇ ਸਾਰੀ ਉਮਰ ਡਿਪਲੋਮੈਸੀ ਦੇ ਵਿੱਚ ਗੁਜ਼ਾਰੀ ਹੋਵੇ, ਇੰਡੀਅਨ ਫੋਰਨ ਸਰਵਿਸ ਦਾ ਅਫਸਰ ਰਿਹਾ ਹੋਵੇ ਜੀ, UNO ਤੱਕ ਗਿਆ ਹੋਵੇ, ਦੁਨੀਆ ਦੇ ਵੱਖ ਵੱਖ ਦੇਸ਼ਾਂ 'ਚ ਜਾ ਕੇ ਉਹਨੇ ਕੰਮ ਕੀਤਾ ਹੋਵੇ, ਉਹ ਬੰਦਾ ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰੇ? ਇਹ ਕੰਮ ਤਾਂ ਗਿਰੀਰਾਜ ਸਿੰਘ ਵੀ ਕਰ ਸਕਦਾ ਜੀ। ਜੇ ਗਿਰੀਰਾਜ ਸਿੰਘ ਨਾ ਕਰੇਗਾ, ਤਾਂ 2-3 ਜਣੇ ਇਹਨਾਂ ਕੋਲ ਹੋਰ ਹੈਗੇ ਆ ਜਿਹੜੇ ਕਹਿ ਸਕਦੇ ਪਾਕਿਸਤਾਨ ਬਾਰੇ ਕੁਛ ਵੀ ਇੱਦਾਂ ਦੀ ਗੱਲ। ਦੁਨੀਆ ਦੇ ਦੇਸ਼ ਜਿਹੜੇ ਆ, ਦੁਨੀਆ ਦੀ ਰਾਏ ਜਿਹੜੀ ਆ, ਇਸ ਗੱਲ ਦੀ ਪ੍ਰਵਾਨਗੀ ਨਹੀਂ ਦੇਵੇਗੀ ਕਿ ਭਾਰਤ ਹੁਣ ਕਸ਼ਮੀਰ 'ਤੇ ਚੱਲ ਜਾਵੇ। ਜਿੱਦਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਾ ਕੇ ਇਹ ਗੱਲ ਆਖੀ ਕਿ ਸਾਨੂੰ ਇਹ ਡਰ ਆ ਕਿ ਨਰਿੰਦਰ ਮੋਦੀ ਆਪਣੇ ਵਾਲੇ ਕਸ਼ਮੀਰ ਤੱਕ ਨਹੀਂ ਸੀਮਤ ਰਹੂਗਾ, ਸਾਡੇ ਵਾਲੇ ਕਸ਼ਮੀਰ ਤੱਕ ਆ ਸਕਦਾ ਜੀ, ਸਾਰੀ ਦੁਨੀਆ 'ਚ ਉਹਦਾ ਮਜ਼ਾਕ ਉੱਡਦਾ ਸੀ ਕਿ ਭਾਰਤ ਉੱਥੋਂ ਤੱਕ ਕਦੇ ਨਹੀਂ ਜਾਣ ਲੱਗਾ, ਇਹ ਉਹਨਾਂ ਦੀ ਨੀਤੀ ਦਾ ਹਿੱਸਾ ਨਹੀਂ। ਅਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਸਾਡੀ ਫੌਜ ਦੇ ਜਨਰਲ ਦਾ ਤਾਂ ਅਜੇ ਸਮਝ ਆਉਂਦੀ ਹੈ ਕਿ ਉਹਨੂੰ ਕਿਸੇ ਨੇ ਫੌਜੀ ਨੂੰ ਪੁੱਛਿਆ ਸੀ ਸਿਪਾਹੀ ਲੜੇਗਾ, ਕਹਿੰਦਾ ਹਮਾਰਾ ਕੰਮ ਕਿਆ ਹੈ, ਜਨਰਲ ਨੂੰ ਪੁੱਛਿਆ ਗਿਆ, ਉਹ ਕਹਿੰਦਾ ਜੀ ਸਰਕਾਰ ਨੇ ਫੈਸਲਾ ਕਰਨਾ, ਜਦੋਂ ਕਰਨਗੇ ਅਸੀਂ ਤਿਆਰ ਹੀ ਤਿਆਰ ਹਾਂ ਜੀ। ਪਰ ਜੈਸ਼ੰਕਰ ਵਰਗਾ ਬੰਦਾ ਇੱਦਾਂ ਦੀ ਗੱਲ ਕਵੇ,
ਇਹ ਕਿਸੇ ਦੇ ਵੀ ਹਜ਼ਮ ਹੋਣੀ ਔਖੀ ਹੈ ਜੀ। ਇੱਦਾਂ ਦੀ ਐਡੀ ਵੱਡੀ ਉਡਾਰੀ ਜਿਹੜੀ ਹੈ ਨਾ, ਸੋਚ ਕੇ ਲਾਉਣੀ ਚਾਹੀਦੀ ਹੈ। ਡਿਪਲੋਮੇਸੀ 'ਚ ਇਹੋ ਜਿਹੀ ਗੱਲ ਨੂੰ ਚੰਗਾ ਨਹੀਂ ਸਮਝਦਾ ਜੀ। ਪਰ ਸਭ ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ ਹਾਂ ਕਿ ਯੂਰਪੀ ਯੂਨੀਅਨ ਦੇ ਪਾਰਲੀਮੈਂਟ ਮੈਂਬਰਾਂ ਦੇ ਇੱਕ ਗਰੁੱਪ ਨੇ ਜਿਹੜਾ ਇੱਕ ਬਿਆਨ ਦਿੱਤਾ ਕਿ ਜਿਹੜੇ ਭਾਰਤ ਦੇ ਵਿੱਚ ਅੱਤਵਾਦੀ ਆਉਂਦੇ ਨੇ ਉਹ ਗੁਆਂਢੋਂ ਆਉਂਦੇ ਆ। ਹੁਣ ਇਹ ਭਾਰਤ ਪਾਕਿਸਤਾਨ ਦਾ ਮਸਲਾ ਹੋਵੇ ਅਤੇ ਅੱਤਵਾਦ ਦਾ ਬਿਆਨ ਉਸ ਪਾਸਿਓਂ ਘੁੰਮ ਕੇ ਆ ਰਿਹਾ, ਇਹ ਕੀ ਕਹਾਣੀ ਆ? ਦੇਖੋ, ਉਹ ਬਿਆਨ ਤਾਂ ਯੂਰਪੀ ਯੂਨੀਅਨ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਦਿੱਤਾ, ਪਰ ਅਸਲ 'ਚੋਂ ਇੱਕ ਨਹੀਂ, ਉਹਦੇ ਪਿੱਛੇ ਇੱਕ ਪੂਰਾ ਗਰੁੱਪ ਹੈ ਜਿਨ੍ਹਾਂ ਨੇ ਬਿਆਨ ਦਿੱਤਾ ਜੀ। ਯੂਰਪੀ ਯੂਨੀਅਨ ਜਿਹੜੀ ਆ ਉਹਨਾਂ ਦੇ ਇੱਕ ਆਪਣੀ ਯੂਰਪੀਅਨ ਪਾਰਲੀਮੈਂਟ ਚੱਲਦੀ ਹੈ, ਅੱਡ ਅੱਡ ਦੇਸ਼ਾਂ 'ਚੋਂ ਪਾਰਲੀਮੈਂਟ ਮੈਂਬਰ ਚੁਣੇ ਜਾਂਦੇ ਨੇ ਉਹਨਾਂ 'ਚੋਂ ਉਹ ਜੀ। ਉਸ ਐਮ ਪੀ ਦਾ ਇਸ ਮਾਮਲੇ 'ਚ ਇਸ ਤਰ੍ਹਾਂ ਦੀ ਗੱਲ ਕਹਿਣਾ ਬਹੁਤ ਮਾਅਨੇ ਰੱਖਦਾ। ਇਹਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਨੇ ਬਹੁਤ ਇਸ ਗੱਲ ਦੇ ਉੱਤੇ ਰੌਲਾ ਪਾਇਆ ਜੀ, ਸਾਡੀ ਬਦਨਾਮੀ ਹੁੰਦੀ ਹੈ ਜੀ, ਅਸੀਂ ਤਾਂ ਆਪ ਅੱਤਵਾਦ ਤੋਂ ਪੀੜਤ ਹਾਂ ਜੀ। ਜਦੋਂ ਪਤਾ ਕਿ ਅੱਜ ਤੱਕ ਪਾਕਿਸਤਾਨ ਵਿੱਚ ਕੋਈ ਭਾਰਤੀ ਅੱਤਵਾਦੀ ਫੜਿਆ ਨਹੀਂ ਗਿਆ ਜੀ, ਕੁਲਭੂਸ਼ਣ ਜਾਧਵ 'ਤੇ ਬਦੋ ਬਦੀ ਝੂਠਾ ਕੇਸ ਬਣਾਇਆ, ਪਰ ਉਹ ਵੀ ਜਸੂਸੀ ਦਾ ਬਣਾਇਆ, ਅੱਤਵਾਦ ਦਾ ਤਾਂ ਹੈ ਨਹੀਂ ਜੀ। ਅਤੇ ਭਾਰਤ ਵਿੱਚ ਜਿੰਨੇ ਫੜੇ ਜਾਂਦੇ ਆ ਉਹਨਾਂ ਦੀ ਸਾਰਿਆਂ ਦੀ ਪੈੜ ਜਿਹੜੀ ਆ ਜਾ ਕੇ ਪਾਕਿਸਤਾਨ ਦੇ ਵਿੱਚ ਲੱਭਦੀ ਹੈ ਕਿ ਉੱਥੋਂ ਆਏ ਸੀ। ਜਿਹੜੇ ਭਾਰਤ ਦਾ ਹਵਾਈ ਜਹਾਜ਼ ਅਗਵਾ ਕਰਕੇ ਛਡਾਇਆ ਗਿਆ, ਮਸੂਦ ਅਜ਼ਹਰ ਵਰਗੇ ਜੀ, ਉਹ ਵੀ ਅੱਜ ਪਾਕਿਸਤਾਨ ਦੇ ਵਿੱਚ ਨੇ। ਫਿਰ ਉਹਨਾਂ ਲੋਕਾਂ ਨੂੰ ਇਹ ਵੀ ਪਤਾ ਕਿ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਜਿਹੜੇ ਟਵਿਨ ਟਾਵਰਾਂ 'ਤੇ ਜਹਾਜ਼ ਮਾਰੇ ਗਏ ਸੀ, ਇਹ ਕੰਮ ਕਰਨ ਵਾਲੇ ਜਿਹੜੇ ਅੱਤਵਾਦੀ ਸਨ ਉਹ ਟ੍ਰੇਨਿੰਗ ਪਾਕਿਸਤਾਨ ਤੋਂ ਲੈ ਕੇ ਗਿਆ ਸੀ ਜੀ। ਇਹ ਵੀ ਪਤਾ ਕਿ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਲਾ ਅਤੇ ਉੱਥੇ ਇਸ ਪੁੱਠੇ ਕੰਮ ਲਈ ਭੇਜਣ ਵਾਲਾ ਉਸਾਮਾ ਬਿਨ ਲਾਦਿਨ ਪਾਕਿਸਤਾਨ ਦੇ ਵਿੱਚ ਇੱਥੋਂ ਦੀ ਸਰਕਾਰ ਨੇ ਲੁਕਾ ਕੇ ਰੱਖਿਆ ਸੀ ਅਤੇ ਅਮਰੀਕਾ ਨੇ ਅੱਧੀ ਰਾਤ ਆ ਕੇ ਮਾਰਿਆ ਸੀ ਜੀ। ਇਹ ਸਾਰੀ ਦੁਨੀਆ ਨੂੰ ਪਤਾ, ਕਿਉਂਕਿ ਸਾਰੀ ਦੁਨੀਆ ਨੂੰ ਪਤਾ। ਇਸ ਕਰਕੇ ਇਸ ਸਵਾਲ ਦੇ ਉੱਤੇ ਹੌਲੀ ਹੌਲੀ ਦੁਨੀਆ ਹੁਣ ਚੁੱਪ ਤੋੜਨ ਲੱਗੀ ਆ ਜੀ, ਆਪਣੇ ਥਾਂ ਦੇ ਉੱਤੇ ਖੁੱਲ੍ਹ ਕੇ ਕੁਛ ਗੱਲਾਂ ਕਰਨ ਲੱਗੀ ਆ। ਭਾਰਤ ਦੇ ਵਿੱਚ ਜਿਸ ਤਰ੍ਹਾਂ ਦੇ ਪਿਛਲੇ ਸਮੇਂ ਦੇ ਵਿੱਚ ਹਾਲਾਤ ਬਣੇ, ਉਹ ਤਾਂ ਬਣੇ ਹੀ ਬਣੇ ਸਨ। ਭਾਰਤ ਨੂੰ ਸਰਜੀਕਲ ਸਟ੍ਰਾਈਕ ਵੀ ਕਰਨੇ ਪਏ, ਫਿਰ ਆ ਫਰਵਰੀ 'ਚ ਜਿਹੜਾ ਬਹੁਤ ਵੱਡਾ ਹਮਲਾ ਕਰਵਾਇਆ ਗਿਆ ਅਤੇ ਜਿਹਦੇ ਵਿੱਚ 40 ਦੇ ਕਰੀਬ ਸਾਡੇ ਸੀ ਆਰ ਪੀ ਦੇ ਜਵਾਨ ਮਾਰੇ ਗਏ ਜੀ। ਇਹ ਤੋਂ ਬਾਅਦ ਭਾਰਤ ਨੇ ਏਅਰ ਸਟ੍ਰਾਈਕ ਕੀਤੀ, ਜਵਾਬ 'ਚ ਉਹਨਾਂ ਕੀਤੀ, ਆਪੋ 'ਚ ਟੈਨਸ਼ਨ ਬਹੁਤ ਵਧੀ। ਇਹ ਤੋਂ ਬਾਅਦ ਵੀ ਪਾਕਿਸਤਾਨੀ ਆਏ ਤਾਂ ਕਿਹਨਾਂ ਹਰਕਤਾਂ ਉਹ ਤੋਂ ਹਟਦੇ ਨਹੀਂ ਜੀ। ਹੁਣ ਵੀ ਇਸ ਹਫ਼ਤੇ 2-3 ਵਾਰੀ ਇਹ ਹੋਇਆ ਕਿ ਉਹਨਾਂ ਘੁਸਪੈਠ ਕੀਤੀ ਹੈ, ਜਿਹੜੇ ਉਹਨਾਂ 'ਚੋਂ ਬਾਰਡਰ ਦੇ ਉੱਤੇ ਪਾਰ ਕਰਦਿਆਂ ਮਾਰੇ ਗਏ ਉਹਨਾਂ 'ਚੋਂ ਜਿਹੜੇ ਪਾਕਿਸਤਾਨੀ ਪੰਜਾਬੀ ਸਨ ਉਹਨਾਂ ਦੀਆਂ ਲਾਸ਼ਾਂ 'ਚ ਚਿੱਟਾ ਝੰਡਾ ਵਿਖਾ ਕੇ ਚੁੱਕ ਕੇ ਲੈ ਗਏ ਜੀ, ਕਿ ਜਿਹੜੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਸਨ ਉਹਨਾਂ ਦੀਆਂ ਲਾਸ਼ਾਂ ਛੱਡ ਗਏ। ਇਹ ਸਾਰੀ ਦੁਨੀਆ ਵੇਖਦੀ ਪਈ ਹੈ ਜੀ, ਹੁਣ ਤਾਂ ਵੀਡੀਓ ਫੁਟੇਜ ਵੀ ਆ ਜਾਂਦੀ, ਉਹ ਤੋਂ ਪਤਾ ਲੱਗ ਜਾਂਦਾ। ਇਸ ਕਰਕੇ ਉਹਨਾਂ ਨੇ ਠੀਕ ਆਖਿਆ, ਜਿਹੜੇ ਲਫ਼ਜ਼ ਉਹਨਾਂ ਵਰਤਿਆ ਹੋਏ ਆ ਕਿ ਭਾਰਤ ਵਿੱਚ ਜਿਹੜੇ ਅੱਤਵਾਦੀ ਆਉਂਦੇ ਨੇ ਉਹ ਚੰਦ ਤੋਂ ਨਹੀਂ ਆਉਂਦੇ, ਗੁਆਂਢੀ ਦੇਸ਼ ਤੋਂ ਆਉਂਦੇ, ਨਾਲ ਲੱਗਦੇ ਦੇਸ਼ ਤੋਂ ਆਉਂਦੇ ਜੀ। ਨਾਲ ਲੱਗਦਾ ਦੇਸ਼ ਲੰਕਾ, ਨੇਪਾਲ, ਸਿੱਕਮ, ਭੂਟਾਨ ਤਾਂ ਹੋ ਨਹੀਂ ਸਕਦਾ, ਭੂਟਾਨ ਤਾਂ ਸਿੱਕਮ ਤਾਂ ਮੇਰੇ ਮੂੰਹੋਂ ਨਿਕਲ ਗਿਆ, ਭੂਟਾਨ ਅਤੇ ਇਹ ਤਾਂ ਹੋ ਨਹੀਂ ਸਕਦੇ ਜੀ, ਚੀਨ ਵਿੱਚੋਂ ਤਾਂ ਅੱਤਵਾਦੀ ਆਉਂਦੇ ਕੋਈ ਨਹੀਂ। ਅਤੇ ਫਿਰ ਸਾਰਿਆਂ ਨੂੰ ਪਤਾ ਕਿ ਉਹ ਗੁਆਂਢੀ ਦੇਸ਼ ਕਿਹੜਾ ਜਿੱਥੋਂ ਦੁਨੀਆ ਭਰ 'ਚ ਅੱਤਵਾਦੀ ਭੇਜੇ ਜਾਂਦੇ ਆ, ਅਤੇ ਦੁਨੀਆ ਦੇ ਨਾਲ ਨਾਲ ਸਭ ਤੋਂ ਵੱਧ ਗੱਫਾ ਭਾਰਤ ਦੇ ਨਿਕਲਦਾ ਜੀ। ਅੱਛਾ ਭਾਈ ਸਾਹਿਬ, ਇੱਕ ਜਿਹੜਾ ਇਸ ਵਕਤ ਸਭ ਤੋਂ ਵੱਧ ਭਖਿਆ ਮਸਲਾ ਉਹ ਸਾਊਦੀ ਅਰਬ ਦੇ ਉੱਪਰ ਜਿਹੜਾ ਡਰੋਨ ਹਮਲਾ ਹੋਇਆ ਅਤੇ ਨਾ ਇਰਾਨ ਦਾ ਲੱਗੀ ਜਾਂਦਾ, ਹੁਣ ਉਹਦੇ 'ਚ ਕਿਹੜਾ ਨਵਾਂ ਮੋੜ ਆ ਕਿ ਰਸ਼ੀਆ ਵਾਲੇ ਵਲਾਦੀਮੀਰ ਪੁਤਿਨ ਸਾਹਿਬ ਟਰਕੀ ਦੇ ਵਿੱਚ ਮਿਲਦੇ ਆ, ਉੱਥੇ ਇਰਾਨ ਦੇ ਮੁਖੀ ਦੇ ਨਾਲ ਗੱਲਬਾਤ ਕਰਦਿਆਂ ਜਿਹੜੀ ਟਿਕਾਉਂਚੀ ਆ ਜਾਂ ਕਹਿ ਲਓ ਕੋਈ ਟਿੱਚਰ ਮਖੌਲ ਜਿਹਾ ਉਹ ਟਰੰਪ ਸਾਹਿਬ ਨੂੰ ਕਰੀ ਜਾਂਦੇ ਆ? ਉਹ ਵੈਸੇ ਕਹਿੰਦੇ ਹਾਸੇ ਮਜ਼ਾਕ ਦੀਆਂ ਗੱਲਾਂ, ਪਰ ਉਹਦੇ ਕੁਛ ਨਾ ਕੁਛ ਮਾਇਨੇ ਤਾਂ ਨਿਕਲਦੇ ਹੋਣਗੇ, ਕੀ ਚੱਕਰ? ਵਲਾਦੀਮੀਰ ਪੁਤਿਨ ਲੀਡਰ ਦੇ ਤੌਰ 'ਤੇ ਵੀ ਬਹੁਤ ਸਿਆਣਾ ਜੀ, ਸੰਭਲ ਕੇ ਚੱਲਦਾ, ਬੜਾ ਤਕੜਾ ਐਡਮਿਨਿਸਟ੍ਰੇਟਰ ਆ, ਪਰ ਉਹਦੇ ਵਿੱਚ ਹਾਸੇ ਮਜ਼ਾਕ ਦੀ ਇੱਕ ਆਦਤ ਵੀ ਹੈਗੀ ਆ, ਕਈ ਕਈ ਗੱਲ ਨੂੰ ਜਵਾਬ ਵਿੱਚ ਮੋੜ ਕੇ ਭਾਜੀ ਪੂਰੀ ਕਰਨੀ ਜਾਣਦਾ ਵੀ ਉਹ ਹੈਗਾ ਜੀ। ਇਹਨਾਂ ਨੇ ਪਿਛਲੇ ਦਿਨਾਂ 'ਚ ਆਖਿਆ ਸੀ ਦਖਲ ਦਿੰਦਾ ਰੂਸ, ਚੁੱਪ ਕੀਤਾ ਰਿਹਾ, ਹੁਣ ਸਾਊਦੀ ਅਰਬ 'ਤੇ ਹਮਲਾ ਹੋ ਗਿਆ ਉਹਨਾਂ ਦੇ ਤੇਲ ਕਾਰਖਾਨੇ 'ਤੇ ਜੀ, ਕਹਿੰਦੇ ਸੀ ਮਾੜਾ ਜਿਹਾ ਹਮਲਾ, ਪਰ ਉਹ ਚੰਗਾ ਮਾੜਾ ਜਿਹਾ, ਕਹਿੰਦੀ ਦੁਨੀਆ ਦੀ ਤੇਲ ਸਪਲਾਈ ਜਿਹੜੀ ਪ੍ਰਭਾਵਿਤ ਹੋਈ ਪਈ ਹੈ, ਇਹਦੇ ਮਤਲਬ ਕੰਮ ਵਾਹਵਾ ਤਗੜਾ ਹੋ ਗਿਆ। ਉਹ ਯਮਨ ਦੇ ਵਿੱਚੋਂ ਹੌਦੀ ਬਾਗੀ ਕਹਿੰਦੀ ਅਸੀਂ ਕੀਤਾ, ਅਤੇ ਅਮਰੀਕਾ ਕਹੀ ਜਾਂਦਾ ਨਹੀਂ ਜੀ ਉਹਨਾਂ ਕੀਤਾ ਹੋਊਗਾ, ਉਹਨਾਂ ਤੋਂ ਇਰਾਨ ਨੇ ਕਰਵਾਇਆ ਜੀ। ਸਾਊਦੀ ਅਰਬ ਵੀ ਇੱਦਾਂ ਦੇ ਇਸ਼ਾਰੇ ਕਰਦਾ। ਹੁਣ ਵਲਾਦੀਮੀਰ ਪੁਤਿਨ ਗਿਆ ਉੱਥੇ ਟਰਕੀ 'ਚ ਜੀ, ਟਰਕੀ ਦੇ ਰਾਸ਼ਟਰਪਤੀ ਅਰਦੋਗਾਨ ਨਾਲ ਬੈਠਾ, ਫਿਰ ਉਹਦੇ ਨਾਲ ਹੀ ਜਿਹੜਾ ਇਰਾਨ ਦਾ ਰਾਸ਼ਟਰਪਤੀ ਵੀ ਬੈਠਾ ਸੀ, ਉੱਥੇ ਸਵਾਲ ਹੀ ਉੱਠ ਪਿਆ ਕਿ ਸਾਊਦੀ ਅਰਬ 'ਤੇ ਹਮਲਾ ਹੋਇਆ ਉਹਦਾ ਕੀ ਕਰਨਾ,
ਅਤੇ ਵਲਾਦੀਮੀਰ ਪੁਤਿਨ ਕਹਿੰਦਾ ਉਹ ਕਰਨਾ ਕੀ ਆ, ਆਹ ਇਰਾਨ ਵਾਲੇ ਬੈਠੇ ਆ, ਇਹ 2017 ਤੋਂ ਲੈ ਕੇ ਸਾਡੀਆਂ ਮਿਜ਼ਾਈਲਾਂ ਖਰੀਦ ਰਿਹਾ ਅਤੇ ਵਰਤ ਰਿਹਾ, ਹੁਣ ਇਹਨਾਂ ਵੱਲ ਤਾਂ ਕੋਈ ਨਹੀਂ ਆ ਸਕਦਾ ਕਿਉਂਕਿ ਇਹਨਾਂ ਕੋਲ ਸਾਡੀਆਂ ਮਿਜ਼ਾਈਲਾਂ, ਆਹ ਟਰਕੀ ਵਾਲਿਆਂ ਨੇ ਵੀ ਪਿਛਲੀ ਵਾਰੀ ਸਾਡੇ ਤੋਂ ਲੈ ਲਈਆਂ, ਹੁਣ ਇਹਨਾਂ ਵੱਲ ਵੀ ਕਿਸੇ ਨਹੀਂ ਆਉਣਾ ਕਿਉਂਕਿ ਇਹਨਾਂ ਕੋਲ ਸਾਡੀਆਂ ਮਿਜ਼ਾਈਲਾਂ ਨੇ, ਅਤੇ ਜਿੱਥੇ ਸਾਡੀਆਂ ਮਿਜ਼ਾਈਲਾਂ ਆਉਣ ਉੱਥੇ ਨਹੀਂ ਫਿਰ ਕੋਈ ਖੰਘਦਾ, ਅਤੇ ਤੁਸੀਂ ਸਾਊਦੀ ਅਰਬ ਨੂੰ ਕਹੋ ਵੀ ਸਾਡੀਆਂ ਲੈ ਲਏ, ਅਮਰੀਕਾ ਦੀਆਂ ਲਿਆ ਕਰੇ ਜੀ, ਉਹਨੇ ਜਿਹੜੇ ਢੰਗ ਨਾਲ ਆਖਿਆ, ਉਹ ਲਾਗੇ ਬੈਠੇ ਅਰਦੋਗਾਨ ਵੀ ਅਤੇ ਰੂਹਾਨੀ ਵੀ ਦੋਵੇਂ ਹੱਸ ਪਏ, ਗੱਲ ਜਿਹੜੀ ਕਹਿਣੀ ਸੀ ਉਹ ਕਹਿ ਗਿਆ ਜੀ। ਕੰਮ ਦੀ ਗੱਲ ਇਹ ਨਹੀਂ ਕਿ ਇਰਾਨ ਨੂੰ ਆਖਿਆ ਕਿ ਉਹ ਸਾਡੇ ਤੋਂ ਲੈਂਦਾ, ਇਹ ਨਹੀਂ ਕਿ ਸਾਊਦੀ ਅਰਬ ਨੂੰ ਆਖਿਆ, ਅਸਲ ਕੰਮ ਦੀ ਗੱਲ ਇਹ ਹੈ ਕਿ ਟਰਕੀ 'ਚ ਬਹਿ ਕੇ ਅਮਰੀਕਾ ਨੂੰ ਇਹ ਚੁੰਡੀ ਵੱਢੀ ਹੈ ਕਿ ਤੁਹਾਡੇ ਨਾਟੋ ਦੇਸ਼ ਜਿਹੜੇ ਨਾਰਦਰਨ ਐਟਲਾਂਟਿਕ ਟ੍ਰੀਟੀ ਆਰਗਨਾਈਜੇਸ਼ਨ ਵਾਲੇ ਫੌਜੀ ਗੱਠਜੋੜ ਹੈ ਜੀ, ਤੁਸੀਂ ਦੁਨੀਆ 'ਚ ਕਿਸੇ ਵੀ ਨੁੱਕਰ 'ਚ ਲੜਨ ਜਾਣਾ ਹੋਵੇ ਤਾਂ ਤੁਹਾਡੇ ਸਾਰੇ ਦੇਸ਼ ਇਕੱਠੇ ਜਾਂਦੇ ਨਾਟੋ ਵਾਲੇ, ਅਤੇ ਜਿਹੜਾ ਤੁਰਕੀ ਹੈ ਟਰਕੀ ਜੀ ਇਹ ਤੁਹਾਡੇ ਨਾਟੋ ਉਸ ਗੱਠਜੋੜ ਦਾ ਮੈਂਬਰ ਹੈ। ਅੱਜ ਤੱਕ ਵਧੀਆ ਤੋਂ ਵਧੀਆ ਜਿਹੜੇ ਜਹਾਜ਼ ਨੇ ਲੇਟੈਸਟ ਟੈਕਨੋਲੋਜੀ ਉਹ ਤੁਸੀਂ ਸਿਰਫ ਆਪਣੇ ਨਾਟੋ ਦੇਸ਼ਾਂ ਨੂੰ ਦਿੰਦੇ ਆ ਜੀ, ਉਹਨਾਂ ਨੂੰ ਲੰਘ ਕੇ ਪਹਿਲੀ ਵਾਰੀ ਹੁਣ ਭਾਰਤ ਨੂੰ ਦਿੱਤੇ ਗਏ, ਹੁਣ ਤੱਕ ਨਹੀਂ ਸੀ ਕਹਿੰਦੇ ਦੇ। ਉਹ ਕਹਿੰਦਾ ਹੁਣ ਤੱਕ ਤੁਸੀਂ ਸਿਰਫ ਨਾਟੋ ਦੇਸ਼ਾਂ ਨੂੰ ਲੈਂਦੇ ਸੀ ਦਿੰਦੇ ਸੀ, ਅਤੇ ਨਾਟੋ ਦੇਸ਼ਾਂ ਵਿੱਚੋਂ ਕੋਈ ਵੀ ਬਾਹਰੋਂ ਨਹੀਂ ਸੀ ਖਰੀਦਦਾ ਜੀ, ਅਤੇ ਜੇ ਤੁਹਾਡਾ ਟਰਕੀ ਵੀ ਬਾਹਰੋਂ ਖਰੀਦਣ ਲੱਗ ਪਿਆ ਤੁਹਾਡੇ 'ਤੇ ਭਰੋਸਾ ਕਰਨ ਨੂੰ ਤਿਆਰ ਨਹੀਂ, ਅਤੇ ਉਹਨੇ ਫਿਰ ਛੇੜਿਆ ਜਾਣ ਕੇ ਸਾਊਦੀ ਅਰਬ ਨੂੰ ਵੀ ਤੂੰ ਵੀ ਸਾਡੇ ਤੋਂ ਹੀ ਲੈ ਲਾ, ਹੁਣ ਅਮਰੀਕਾ ਦੇ ਪੱਲੇ ਕੱਖ ਨਹੀਂ। ਉੱਦਾਂ ਇਹ ਪਹਿਲੀ ਵਾਰ ਨਹੀਂ, ਇਹ ਤੋਂ ਪਹਿਲਾਂ ਵੀ ਉਹਨੇ ਇੱਦਾਂ ਦੀਆਂ ਚੁੰਡੀਆਂ ਵੱਢੀਆਂ ਹੋਈਆਂ ਜੀ। ਇੱਕ ਵਾਰੀ ਕਸੋਵੋ ਦੇ ਵਿੱਚ ਇਸਲਾਮਿਕ ਅੱਤਵਾਦ ਚੱਲਦਾ ਸੀ, ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਸਨ ਜੀ, ਅਤੇ ਦੁਨੀਆਂ 'ਚ ਵੀ ਹੋ ਰਹੀਆਂ ਸਨ। ਅਮਰੀਕਾ ਵਾਲੇ ਉਸਾਮਾ ਬਿਨ ਲਾਦਿਨ ਦੇ ਖਿਲਾਫ ਅਫਗਾਨਿਸਤਾਨ 'ਚ ਲੜਦੇ ਪਏ ਸਨ, ਅਤੇ ਉਸ ਵਕਤ ਦੇ ਅਮਰੀਕੀ ਰਾਸ਼ਟਰਪਤੀ ਨੇ ਕਹਿ ਦਿੱਤਾ ਸੀ ਕਿ ਅਸੀਂ ਵਲਾਦੀਮੀਰ ਪੁਤਿਨ ਨੂੰ ਕਹਿੰਦੇ ਹਾਂ ਕਿ ਕਸਾਵੋ ਦੇ ਅੱਤਵਾਦੀ ਜਿਹੜੇ ਉਹਨਾਂ ਨਾਲ ਲੜਨ ਦੀ ਲੋੜ ਨਹੀਂ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ ਅਤੇ ਗੱਲਬਾਤ ਦੇ ਵਿੱਚੋਂ ਕੋਈ ਰਾਹ ਨਿਕਲਾਊਗਾ ਜੀ। ਅਤੇ ਵਲਾਦੀਮੀਰ ਪੁਤਿਨ ਨੇ ਅਗਲੇ ਦਿਨ ਟੀਵੀ ਤੋਂ ਬੋਲਦਿਆਂ ਆਖਿਆ ਸੀ ਬਿਲਕੁਲ ਠੀਕ ਹੈ, ਸਾਨੂੰ ਕਸੋਵੋ ਦੇ ਅੱਤਵਾਦੀਆਂ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ, ਪਰ ਤੁਹਾਨੂੰ ਵੀ ਅਫਗਾਨਿਸਤਾਨ 'ਚੋਂ ਆਪਣੀਆਂ ਫੌਜਾਂ ਕੱਢ ਲੈਣੀਆਂ ਚਾਹੀਦੀਆਂ। ਇੱਕ ਦਿਨ ਆਪਣੇ ਰਾਸ਼ਟਰਪਤੀ ਬੁਸ਼ ਨੂੰ ਆਖੋ ਉਸਾਮਾ ਬਿਨ ਲਾਦਨ ਨੂੰ ਡਿਨਰ 'ਤੇ ਸੱਦ ਲਏ, ਰਾਤ ਨੂੰ ਇਕੱਠੇ ਬੈਠ ਕੇ ਖਾਣਾ ਖੁਣਾ ਖਾਣ, ਮਸਲਾ ਤੁਹਾਡਾ ਵੀ ਹੱਲ ਹੋ ਜਾਣਾ, ਐਡੀ ਦੂਰ ਜਾ ਕੇ ਬੰਦੇ ਕਿਉਂ ਮਰਵਾਉਣ ਡਿਆ ਜੀ। ਉਹਨੂੰ ਇਹ ਪਤਾ ਕਿ ਚਾਬੀ ਕਿੱਥੇ ਲਾਉਣੀ, ਚੁੰਡੀ ਕਿੱਥੇ ਵੱਢਣੀ ਹੈ ਜੀ। ਉਦੋਂ ਜਿਹੜੀ ਉਹਨੇ ਗੱਲ ਕਹਿਤੀ, ਉਹ ਤੋਂ ਬਾਅਦ ਅਮਰੀਕਾ ਵਾਲੇ ਬੋਲੇ ਨਹੀਂ ਸਨ। ਹੁਣ ਆ ਜਿਹੜੀ ਨਵੀਂ ਚੁੰਡੀ ਵੱਢੀ ਆ, ਟਰੰਪ ਵੀ ਆਪਣੀ ਕਿਸਮ ਦਾ ਇਹ ਡਿੱਕਣਾ ਪਊਗਾ ਕਿ ਭਲਕੇ ਉਹ ਕੀ ਕਹਿੰਦਾ। ਚਲੋ ਆਖਰੀ ਗੱਲ ਤੁਹਾਨੂੰ ਸਭ ਮੈਂ ਪੁੱਛਣੀ ਚਾਹੁੰਦਾ ਕਿ ਸੁਪਰੀਮ ਕੋਰਟ ਦੇ ਜਿਹੜੇ ਮੁੱਖ ਜੱਜ ਨੇ ਉਹਨਾਂ ਵੱਲੋਂ ਅਯੁੱਧਿਆ ਦੇ ਮਾਮਲੇ 'ਚ ਪਹਿਲਾਂ ਵੀ ਬਿਆਨ ਆਉਂਦਾ ਰਿਹਾ, ਅਤੇ ਹੁਣ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਵੀ 30 ਦਿਨਾਂ ਦੇ ਵਿੱਚ ਆਪਾਂ ਇਹ ਜਿਹੜਾ ਕੇਸ ਹੈ ਕਿਸੇ ਨਾ ਕਿਸੇ ਪਾਸੇ ਲਾਉਣਾ, ਪਰ ਨਾਲ ਦੀ ਨਾਲ ਜੇ ਤੁਹਾਨੂੰ ਲੱਗਦਾ ਕਿ ਕੋਈ ਬਾਹਰ ਹੱਲ ਕੱਢ ਸਕਦੇ ਹੋ ਤੁਸੀਂ ਤਾਂ ਉਹ ਵੀ ਕੋਸ਼ਿਸ਼ਾਂ ਕਰਦੇ ਰਹੋ, ਇਹਨੂੰ ਕਿਵੇਂ ਦੇਖਦੇ ਹੋ? ਮੇਰੀ ਸਮਝ ਇਹ ਆ ਕਿ ਜਿਹੜੇ ਵਿਚੋਲੇ ਨਾ ਪਾਏ ਆ ਉਹ ਵਿਚੋਲੇ ਇਸ ਕਰਕੇ ਨਹੀਂ ਪਾਏ ਕਿ ਮਸਲਾ ਨਿਬੇੜਨਾ, ਅੱਗੇ ਵੀ ਵਿਚੋਲੇ ਪੈਸੇ ਉਹਨਾਂ ਨੇ ਨਿਬੇੜਿਆ ਕਿਸ ਜੀ, ਗਲਤ ਕਿਸੇ ਪਾਸੇ ਲੱਗੀ ਨਹੀਂ ਸੀ। ਹੁਣ ਉਹਨਾਂ ਨੂੰ ਪਤਾ ਕਿ ਅੱਗੇ ਵਿਚੋਲੇ ਪਏ ਅਤੇ 155 ਦਿਨ ਲਾ ਕੇ ਅਤੇ ਫਿਰ ਜਾ ਕੇ ਕਹਿ ਦਿੱਤਾ ਸੀ ਸਾਡੇ ਪੱਲੇ ਕੱਖ ਨਹੀਂ ਜੀ, ਸਾਡੇ ਨਹੀਂ ਕੋਈ ਸੁਣਦਾ ਜੀ, ਅਤੇ ਸੁਪਰੀਮ ਕੋਰਟ ਦੇ ਵਿੱਚ ਡੇ ਟੂ ਡੇ ਕਾਰਵਾਈ ਸ਼ੁਰੂ ਹੋ ਗਈ, ਸੁਣਵਾਈ ਸ਼ੁਰੂ ਹੋ ਗਈ। ਹੁਣ ਜਦੋਂ ਪਤਾ ਕਿ ਦੇਸ਼ ਦਾ ਚੀਫ ਜਸਟਿਸ ਜਸਟਿਸ ਰੰਜਨ ਗੋਗੋਈ ਉਹ ਨਵੰਬਰ 'ਚ ਰਿਟਾਇਰ ਹੋ ਰਿਹਾ ਜੀ, ਅਤੇ ਜੇ ਅੱਜ ਅਸੀਂ ਵਿਚੋਲਗੀ ਸ਼ੁਰੂ ਕਰੀਏ ਤਾਂ 2 ਮਹੀਨੇ ਤਾਂ ਲੱਗ ਹੀ ਜਾਣੇ ਆ। ਇਸ ਜੱਜ ਨੂੰ ਫੈਸਲਾ ਕਰਨ ਦਾ ਮੌਕਾ ਨਾ ਦਿੱਤਾ ਜਾਵੇ, ਕੋਈ ਦੂਜਾ ਜੱਜ ਆਊਗਾ ਤਾਂ ਵੇਖੀ ਜਾਊ, ਕਿਉਂਕਿ ਇਹਦਾ ਪਤਾ ਕੋਈ ਨਹੀਂ ਸਖ਼ਤ ਸੁਭਾਅ ਦਾ, ਇਸ ਕਰਕੇ ਅਸੀਂ ਤੋਂ ਫੈਸਲਾ ਹੀ ਨਾ ਕਰਾਈਏ ਜੀ। ਆਹ ਉਹਨਾਂ ਦੀ ਸੋਚ ਹੈ, ਇਹ ਸੋਚ ਦਾ ਕਰਕੇ ਉਹਨਾਂ ਨੇ ਕਿਸੇ ਤਰੀਕੇ ਕੋਈ ਪੇਸ਼ਕਾਰੀ ਕੀਤੀ ਹੈ, ਅਸੀਂ ਜੀ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਹੈ ਤਾਂ ਕਿ ਮਸਲਾ ਇੱਦਾਂ ਰਿੜਕਦਾ ਰਹੇ। ਚੀਫ ਜਸਟਿਸ ਨੇ ਇਹ ਨਹੀਂ ਆਖਿਆ ਕਿ ਗੱਲਬਾਤ ਮਾੜੀ ਹੈ, ਉਹਨੇ ਆਖਿਆ ਗੱਲਬਾਤ ਕਰਨੀ ਤੁਸੀਂ ਕਰ ਲਓ, ਬਹੁਤ ਵਧੀਆ ਗੱਲ ਹੈ ਤੁਸੀਂ ਕਰੋ, ਪਰ ਦੋ ਗੱਲਾਂ, ਇੱਕ ਤਾਂ ਇੱਕ 30 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਮੁਕਾਉਣੀ ਪਊ ਜੀ, ਤੁਹਾਡੀ ਗੱਲ ਕਿਸੇ ਪਾਸੇ ਲੱਗਦੀ ਕਿ ਨਹੀਂ ਲੱਗਦੀ, ਤੁਹਾਨੂੰ ਖੁੱਲ੍ਹਾ ਟਾਈਮ ਨਹੀਂ ਮਿਲਣਾ, ਅਤੇ ਦੂਸਰੀ ਗੱਲ ਕਿ ਤੁਹਾਡੀ ਗੱਲ ਉੱਧਰ ਵੀ ਚੱਲਦੀ ਰਹੇ, ਨਾਲ ਦੀ ਨਾਲ ਜਿਹੜੀ ਡੇ ਟੂ ਡੇ ਸੁਣਵਾਈ ਹੁੰਦੀ ਪਈ ਹੈ ਸੁਪਰੀਮ ਕੋਰਟ ਦੇ ਵਿੱਚ, ਇਸ ਡੇ ਟੂ ਡੇ ਸੁਣਵਾਈ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਕਿਸਮ ਦੀ ਰੁਕਾਵਟ ਪਵੇ, ਇਹ ਅਸੀਂ ਚੱਲਦੀ ਰੱਖਾਂਗੇ, ਤੁਹਾਡੀ ਗੱਲਬਾਤ ਦੇ ਨਾਲ ਅਸੀਂ ਇਹ ਸੁਣਵਾਈ ਨਹੀਂ ਰੋਕਾਂਗੇ, ਅਸੀਂ ਸੁਣਵਾਈ ਰੋਕ ਦੀ, ਉਸ ਤੋਂ ਬਾਅਦ ਫਿਰ ਨਵੇਂ ਸਿਰੇ ਬਹਿਸ ਹੋ ਜੇ, ਹਰ ਕੋਈ ਆਖੇ ਜੀ 3 ਮੈਂਬਰੀ ਕਮੇਟੀ ਬਣਾਈ, ਸਾਲਸ ਬਣਾਇਆ ਸੀ ਉਹਨਾਂ ਨੇ ਫਲਾਣੇ ਥਾਂ 'ਤੇ ਆਹ ਕਿਹਾ, ਅਸੀਂ ਉਹਦੇ ਉੱਤੇ ਫਿਰ ਨਵੀਂ ਬਹਿਸ ਸ਼ੁਰੂ ਕਰਕੇ ਬਹਿ ਜਾਈਏ, ਉਹ ਨਹੀਂ ਅਸੀਂ ਕਰਨੀ, ਇਹ ਅਸੀਂ ਕਰਦੇ ਰਹਾਂਗੇ, ਜੇ ਇਹਦੇ ਦਰਮਿਆਨ ਤੁਸੀਂ ਕੋਈ ਨਿਬੇੜ ਦਿਓ ਠੀਕ ਆ, ਨਹੀਂ ਤਾਂ ਅਦਾਲਤ ਆਪਣਾ ਫੈਸਲਾ ਦੇ ਦੇਗੀ। ਇਹਦਾ ਮਤਲਬ ਕਿ ਜਸਟਿਸ ਰੰਜਨ ਗੋਗੋਈ ਵੀ ਇਸ ਗੱਲ 'ਤੇ ਹੈ ਕਿ ਰਿਟਾਇਰਮੈਂਟ ਤੋਂ ਪਹਿਲਾਂ ਮੈਂ ਗੱਲ ਕਿਸੇ ਸਿਰੇ ਲਾ ਕੇ ਜਾਣੀ ਆ,
ਜਿਹੜਾ ਮਸਲਾ 1947 ਤੋਂ ਕਿਸੇ ਪਾਸੇ ਨਹੀਂ ਲੱਗਾ। ਅੱਗੇ ਤਾਂ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ 72 ਸਾਲਾਂ 'ਚ ਉਹ ਨਹੀਂ ਹੋਇਆ ਜੋ ਮੈਂ ਕਰਤਾ ਜੀ। ਮੈਨੂੰ ਲੱਗਦਾ ਹੁਣ ਜਸਟਿਸ ਰੰਜਨ ਗੋਗੋਈ ਇਹ ਕਹਿਣਗੇ ਕਿ 72 ਸਾਲਾਂ 'ਚ ਜੋ ਨਹੀਂ ਹੋਇਆ ਉਹ ਅਦਾਲਤ ਦੇ ਵਿੱਚੋਂ ਰਿਟਾਇਰ ਹੋਣ ਤੋਂ ਪਹਿਲਾਂ, ਸੇਵਾ ਮੁਕਤੀ ਤੋਂ ਪਹਿਲਾਂ ਦੇਸ਼ ਦੀ ਇੰਨੀ ਕੁ ਸੇਵਾ ਮੈਂ ਕਰਾਂ, ਵੇਖੋ ਕੀ ਬਣਦਾ। ਚਲੋ ਇਹ ਵੀ ਆਪਾਂ ਉਡੀਕਾਂਗੇ, ਪਰ ਸਾਹਿਬ ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ ਜੀ। ਅਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਹੁਣ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀਆ ਨੂੰ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।